देश दुनिया च वसते पंजाबियों नूं खुश आमदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरेंद्रपाल सिंह। सरदार साहब, पंजाब कैबिनेट की मीटिंग चो मंत्री तो उठ के चले गए, ये की होया? देखो, तुहानूं लगता है कि मंत्री रुस के चले गए, मैनूं तां लगता कि बड़ी च न्याणे आप सिद्धी लाके खेडण तों गल ते कख भी नहीं सी। कहिंदे रौला तां कोई वड्डा निकलिया ही ना, ये नाराजगी दिखाउण दी नाराजगी सी, ये कोई पुरानी सी जां उसे वेले मौके ते पैदा हुई, ये समझ नहीं आई। रंधावा साहब, नाराजगी पुरानी होवे नाराजगी नवी होवे, लेकिन मौका ते वेखना चाहीदा ना। गल ते है सारी दुनिया नूं तुसीं अनुशासन विखा रहे हो ते आप तुहाडे कोल अनुशासन है नहीं है। अच्छा, मैं इहदे संबंधी सरदार साहब कुछ घटनावां इकट्ठियां कीतियां, जे समा बीत गया लगभग दो दिन हो चले है, और वापरिया की पिट भूमि च की वापरिया, इहनूं कढ़न दा यतन कीता, गल कुछ भी नहीं सी, लेकिन गल है भी बहुत वड्डी सीगी। वड्डा सवाल इह आ कि जिहड़े इह कैबिनेट वजीर मीटिंग छड्ड के गए, मीटिंग छड्डण दी इहनां नूं जरूरत सी भी कि नहीं? जेकर असीं मर्यादा दे नज़रिए तो देखिए, डिसिपलिन दे नज़रिए तो देखिए, प्रोटोकॉल दे नज़रिए तो देखिए, तो बनता तो यह सी कि जे चीफ सैकटरी स्टेट दे चीफ सैकटरी जेकर तुहानूं कुछ प्रेजेंटेशन दे रहे सी, पेशकारी दे रहे सी, समझा रहे सी, तुहानूं नहीं चंगा लग्या, तुसीं उहनां नाल सहमत नहीं सी, ते तुसीं उहनां नूं कह सकदे सी कि मैं असीं तुहाडे नाल सहमत नहीं, तुसीं इह जिहड़ा खरड़ा जिहदे उत्ते चर्चा कीती है इहनूं छड्ड दिओ, तुसीं थोड़ी देर लई बाहर चले जाओ, असीं कैबिनेट दे साथी इहदे ते होर विचार कर लईए, बजाए इहदे कि तुसीं उस मीटिंग दे विच उस मुद्दे ते होर गलबात करदे, तुसीं मीटिंग ही छड्ड गए। ਤੁਸੀਂ ਕਿਹਦੇ ਖਿਲਾਫ ਮੀਟਿੰਗ ਛੱਡ ਗਏ? ਇੱਕ ਚੀਫ ਸੈਕਟਰੀ ਦੇ ਖਿਲਾਫ, ਉਹ ਚੀਫ ਸੈਕਟਰੀ ਜਿਹਨੂੰ ਅਕਸਰ ਸਾਡੇ MLA ਵੀ ਕਹਿ ਦਿੰਦੇ ਕਿ ਸਾਡਾ ਰੁਤਬਾ ਚੀਫ ਸੈਕਟਰੀ ਤੋਂ ਉੱਪਰ ਹੈ। ਇਹ ਬੜਾ ਵੱਡਾ ਸਵਾਲ ਹੈ ਸਰਦਾਰ ਸਾਹਿਬ, ਕਿ ਕੀ ਸਾਡੇ ਵਜ਼ੀਰਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੀ ਵੈਲਿਊ ਕੀ ਹੈ, ਜਾਂ ਉਹਨਾਂ ਨੇ ਇੰਜ ਨਹੀਂ ਕਰਨਾ? ਤੁਹਾਡੀ ਗੱਲ ਫਿਰ ਮੈਨੂੰ ਠੀਕ ਲੱਗਦੀ ਆ ਕਿ ਗੱਲ ਤੇ ਫਿਰ ਗਲੀ ਦੇ ਨਿਆਣਿਆਂ ਦੀ ਨਾਰਾਜ਼ਗੀ ਜਾਂ ਵਿਆਹ 'ਚ ਰੁੱਸੇ ਹੋਏ ਨਿਆਣੇ ਵਰਗੀ ਹੈ ਨਾ। ਰੰਧਾਵਾ ਸਾਹਿਬ, ਜਿਹੜਾ ਰੁਤਬਾ ਆ ਉਹ ਜ਼ਿੰਮੇਵਾਰੀ ਦਾ ਨਾਂ ਆ। ਜੇ ਤੁਹਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੈ ਤੇ ਰੁਤਬਾ ਤੇ ਰੁਤਬੇ ਦੀ ਹੈਸੀਅਤ ਤੇ ਕੋਈ ਨਹੀਂ ਹੈ। ਰੁਤਬਾ ਜਿਹੜਾ ਆ ਉਹ ਸੰਸਥਾਵਾਂ ਨੂੰ ਬਣਾਉਂਦਾ ਆ, ਔਰ ਕਈ ਵਾਰੀ ਸੰਸਥਾਵਾਂ ਜਿਹੜੀਆਂ ਨੇ ਉਹ ਸਖਸ਼ੀ ਉੱਚਾ ਚੁੱਕਦੀਆਂ ਨੇ। ਲੇਕਿਨ ਜਿਸ ਮੰਤਰੀ ਮੰਡਲ ਦੀ ਮੀਟਿੰਗ ਚੋਂ ਤੁਸੀਂ ਉੱਠ ਕੇ ਬਾਹਰ ਆ ਗਏ ਹੋ, ਤੁਸੀਂ ਨਾ ਤੇ ਉਸ ਮੰਤਰੀ ਮੰਡਲ ਦੀ ਮਰਿਆਦਾ ਦਾ ਪਾਲਣ ਕੀਤਾ, ਨਾ ਜਿਹੜਾ ਉਸ ਸੰਸਥਾ ਦਾ। ਹੁਣ ਤੁਸੀਂ ਇੱਕ ਵਾਰੀ ਉੱਠ ਕੇ ਆ ਗਏ ਹੋ, ਰੋਟੀ ਛੱਡ ਆਏ, ਅਸੀਂ ਰੋਟੀ ਨਹੀਂ ਖਾਣੀ। ਹਾਂਜੀ, ਉਹ ਕਿਆ ਬੱਚਿਆਂ ਵਾਲੀ ਗੱਲ ਹੈ? ਰੋਟੀ ਨਹੀਂ ਖਾਣੀ, ਇਹਦਾ ਮਤਲਬ ਜਿਹੜਾ ਰੋਟੀ ਦੇ ਉੱਤੇ ਜਿਹੜਾ ਸਟੇਟ ਦਾ ਜਿਹੜਾ ਪੈਸਾ ਲੱਗਾ ਸੀ ਉਹ ਹੀ ਜਾਇਆ ਕਰਤਾ ਤੁਸੀਂ? ਅੱਛਾ, ਚਲੋ ਉਹਨੂੰ ਪੱਖ ਨੂੰ ਪਾਸੇ ਰੱਖ ਵੀ ਲਈਏ, ਕਈ ਰੋਟੀਆਂ ਖਰਾਬ ਹੁੰਦੀਆਂ ਫਿਰਦੀਆਂ ਇੱਥੇ ਪੰਜਾਬੀਆਂ ਨਾਲ, ਤੇ ਹੁੰਦਾ ਹੀ ਧੱਕਾ ਆਇਆ ਸਦਾ, ਲੇਕਿਨ ਕੁਝ ਹੋਰ ਨੁਕਤੇ ਜਿਹੜੇ ਮੇਰੀ ਨਜ਼ਰ ਦੇ ਵਿੱਚ ਆਏ ਆ, ਕਿਉਂਕਿ ਖੋਜੀ ਪੱਤਰਕਾਰ ਤਾਂ ਇਹ ਮੰਗ ਕਰਦੀ ਹੈ ਕਿ ਤੁਸੀਂ ਤੱਥਾਂ ਦੇ ਪਿੱਛੇ ਪਿੱਛੇ ਜਾਂਦੇ ਰਹੋ, ਜਿੱਥੇ ਤੁਹਾਨੂੰ ਸਟੀਕ ਚੀਜ਼ਾਂ ਨਹੀਂ ਜਿੰਨਾ ਚਿਰ ਮਿਲਦੀਆਂ ਤੁਸੀਂ ਐਫਰਟਸ ਲਾਉਂਦੇ ਰਹੋ। ਸੋ ਸੱਤਾ ਦੇ ਗਲਿਆਰਿਆਂ 'ਚੋਂ ਇਹ ਗੱਲ ਨਿੱਤਰ ਕੇ ਨਿਖਰ ਕੇ ਬਾਹਰ ਆਈ ਆ ਕਿ ਇਸ ਬਾਈਕਾਟ ਤੋਂ ਪਹਿਲਾਂ, ਇਸ ਮੀਟਿੰਗ ਤੋਂ ਪਹਿਲਾਂ, ਇੱਕ ਦਿਨ ਪਹਿਲਾਂ ਇੱਕ ਮੀਟਿੰਗ ਪਹਿਲਾਂ ਹੁੰਦੀ, ਹੋਰ ਹੁੰਦੀ, ਉਸ ਮੀਟਿੰਗ ਦੇ ਵਿੱਚ ਇਸ ਨੀਤੀ ਨੂੰ ਲੈ ਕੇ 40 ਪੇਜਸ ਦਾ ਖਰੜਾ ਜਿਹੜਾ ਪੇਸ਼ ਕੀਤਾ ਜਾਂਦਾ ਹੈ, ਲੇਕਿਨ ਬਹੁਤ ਸਾਰੇ ਵਜ਼ੀਰ ਇਹ ਕਹਿੰਦੇ ਆ ਕਿ ਅਸੀਂ ਇੰਨੀ ਜਲਦੀ ਇਸ ਖਰੜੇ 'ਤੇ ਨਜ਼ਰਸਾਨੀ ਨਹੀਂ ਕਰ ਸਕਦੇ, ਔਰ ਇਹ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਇਹ ਖਰੜਾ ਇਹਨਾਂ ਨੂੰ ਦੇ ਦਿਓ ਔਰ 24 ਘੰਟੇ ਬਾਅਦ ਮੀਟਿੰਗ ਰੱਖ ਲਓ। ਸੋ ਜਿਹੜੀ ਮੀਟਿੰਗ ਦੇ ਵਿੱਚ ਇਹ ਰੌਲਾ ਪੈਂਦਾ ਹੈ, ਉਸ ਮੀਟਿੰਗ ਉਹ ਕੋਈ ਲਗਭਗ 12 ਵਜੇ ਦੇ ਕਰੀਬ ਹੋਊਗੀ, ਉਹ ਟਾਈਮ ਥੋੜ੍ਹਾ ਅੱਗੇ ਪਿੱਛੇ ਹੋ ਸਕਦਾ, ਉਸ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਅਧਿਕਾਰੀ ਉੱਥੇ ਪਹੁੰਚਦੇ ਆ, ਸਰਦਾਰ ਸਾਹਿਬ ਮੁੱਖ ਮੰਤਰੀ ਦਫ਼ਤਰ ਦੇ ਕੁਝ ਅਧਿਕਾਰੀ ਪਹੁੰਚਦੇ ਆ, ਹੋ ਸਕਦਾ ਇੰਨੀ ਦਿਨੀ ਜਿਹੜਾ ਇਹ ਕਰੋਨਾ ਵਾਇਰਸ ਦਾ ਜਾਂ ਕੋਵਿਡ-19 ਦਾ ਚੱਕਰ ਹੈ, ਕੋਈ ਅਧਿਕਾਰੀ ਹੋ ਸਕਦਾ ਨਹੀਂ ਵੀ ਆ ਰਹੇ ਹੋਣ, ਲੇਕਿਨ ਫਿਰ ਵੀ ਸਾਡੇ ਸੂਤਰ ਦੱਸਦੇ ਆ ਕਿ ਉੱਥੇ ਮੁੱਖ ਮੰਤਰੀ ਦਫ਼ਤਰ ਦੇ 4 ਤੋਂ 5 ਅਧਿਕਾਰੀ ਵੱਡੇ ਅਫਸਰ ਮੌਕੇ ਤੇ ਪਹੁੰਚਦੇ ਆ। ਸੀਨੀਅਰ ਅਧਿਕਾਰੀ ਨੇ, ਚੀਫ ਸੈਕਟਰੀ ਨੇ, ਆਪਣਾ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ, ਮੁੱਖ ਮੰਤਰੀ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਤੇਜਵੀਰ ਸਿੰਘ ਉਹ ਨੇ, ਕਰਨ ਅਵਤਾਰ ਸਿੰਘ ਨੇ। ਨਹੀਂ ਨਹੀਂ ਨਹੀਂ, ਮੈਂ ਤੁਹਾਨੂੰ ਦਰੁਸਤ ਕਰਦੇ ਆ, ਕਰਨ ਅਵਤਾਰ ਸਿੰਘ ਜਿਹੜੇ ਚੀਫ ਸੈਕਟਰੀ ਆ ਉਹ ਮੌਕੇ ਤੇ ਨਹੀਂ, ਲੇਕਿਨ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਜਿਹੜੇ ਅਧਿਕਾਰੀ ਉਹ ਉੱਥੇ ਪਹੁੰਚਦੇ ਆ, ਔਰ ਹਾਂ ਜਦੋਂ ਇਹ ਅਧਿਕਾਰੀ ਸਮੇਂ ਸਿਰ ਹੀ ਪਹੁੰਚਦੇ ਆ, ਸਾਡੇ ਸੂਤਰ ਦੱਸਦੇ ਆ, ਉਦੋਂ ਤੱਕ ਵਜ਼ੀਰ ਜਿਹੜੇ ਆ, ਕੈਬਨਿਟ ਵਜ਼ੀਰ ਆ, ਉਹ ਇੱਕ ਮੀਟਿੰਗ ਕਰ ਰਹੇ ਹੁੰਦੇ।
ਸੋ ਕੈਬਨਿਟ ਵਜ਼ੀਰ ਇੱਕ ਵੱਖਰੀ ਮੀਟਿੰਗ ਪਹਿਲਾਂ ਹੀ ਕਰ ਰਹੇ ਹੁੰਦੇ ਆਪਸ ਵਿੱਚ ਔਰ ਜਿਹੜੇ ਇਹ ਅਧਿਕਾਰੀ ਇਹ ਉਹਨਾਂ ਦੀ ਵੇਟ ਕਰਦੇ ਆ ਉਹ ਅਧਿਕਾਰੀ ਜਿਹੜੇ ਵਜ਼ੀਰ ਆ ਜਦੋਂ ਮੀਟਿੰਗ ਖਤਮ ਕਰਕੇ ਕੈਬਨਿਟ ਮੀਟਿੰਗ ਲਈ ਆਉਂਦੇ ਆ ਉਦੋਂ ਇਹ ਅਧਿਕਾਰੀ ਨਾਲ ਸ਼ਾਮਲ ਹੁੰਦੇ ਆ ਜਦੋਂ ਇਹ ਮੀਟਿੰਗ ਸ਼ੁਰੂ ਹੁੰਦੀ ਆ ਤੇ ਸਟੇਟ ਦੇ ਜਿਹੜੇ ਚੀਫ ਸੈਕਟਰੀ ਆ ਉਹ ਵੀਡੀਓ ਕਾਨਫਰੰਸ ਰਾਹੀਂ ਆਪਣੇ ਦਫ਼ਤਰ ਤੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਆ ਜਿਹਦੇ 'ਤੇ ਇਤਰਾਜ਼ ਕਰਦੇ ਆ ਸਾਡੇ ਕੈਬਨਿਟ ਵਜ਼ੀਰ ਸੋ ਉਹ ਬਣਦਾ ਵੀ ਸੀ ਬਣਦਾ ਉਹ ਬੜਾ ਜਾਇਜ਼ ਸੀ ਹਾਂ ਇਹ ਗੱਲ ਜ਼ਰੂਰ ਆ ਕਿ ਕੈਬਨਿਟ ਮੀਟਿੰਗ ਦੇ ਵਿੱਚ ਇੰਨੀ ਦਿਨੀ ਮੁੱਖ ਮੰਤਰੀ ਫਿਜ਼ੀਕਲੀ ਸ਼ਾਮਲ ਨਹੀਂ ਹੋ ਰਹੇ ਉਹਦਾ ਕਾਰਨ ਵੀ ਇਹ ਦੱਸਿਆ ਜਾ ਰਿਹਾ ਜਾਂ ਕਿਧਰੇ ਕਿਧਰੇ ਨਿਖਰ ਕੇ ਆ ਰਹੀ ਹੈ ਗੱਲਬਾਤ ਕਿ ਉਹਨਾਂ ਦੀ ਉਮਰ ਕਾਫੀ ਆ ਔਰ ਉਹ ਇਤਿਆਤ ਵਰਤ ਰਹੇ ਆ 78 ਸਾਲ ਦੇ ਹੋ ਗਏ ਆ ਉਹ 78 ਸਾਲ ਦੀ ਉਮਰ ਦੇ ਵਿੱਚ ਹਰ ਕੋਈ ਇਤਿਆਤ ਵਰਤੂਗਾ ਹੀ ਅਸੀਂ ਵੀ ਹੁਣ ਤੁਹਾਨੂੰ ਇਹੋ ਜਿਹੇ ਕਿਉਂਕਿ ਅਸੀਂ ਇਹ ਰਿਸਕ ਨਹੀਂ ਲੈਣਾ ਚਾਹੁੰਦੇ ਸਰਦਾਰ ਨਰਿੰਦਰਪਾਲ ਜੀ ਸਟੂਡੀਓ 'ਚ ਨਹੀਂ ਆ ਰਹੇ ਕਾਰਨ ਬੜਾ ਕਲੀਅਰ ਆ ਕਿ ਇਤਿਆਤ ਜਿਹੜੀ ਸਰਕਾਰ ਵੱਲੋਂ ਨਿਰਧਾਰਤਾ ਵਰਤ ਲੈਣੀ ਚਾਹੀਦੀ ਸੋ ਮੁੱਖ ਮੰਤਰੀ ਨਹੀਂ ਲੇਕਿਨ ਜਦੋਂ ਇਤਰਾਜ਼ ਕਰਦੇ ਆ ਵਜ਼ੀਰ ਔਰ ਉਦੋਂ ਮੁੱਖ ਸਕੱਤਰ ਤੁਰੰਤ ਪ੍ਰਭਾਵ ਨਾਲ ਤੁਰੰਤ 5-7 ਮਿੰਟ ਦੇ ਵਕਫੇ ਦੇ ਵਿੱਚ ਹੀ ਉੱਥੇ ਮੀਟਿੰਗ 'ਚ ਪਹੁੰਚ ਜਾਂਦੇ ਆ ਹੁਣ ਉਸ ਮੀਟਿੰਗ ਦੇ ਵਿੱਚ ਜਦੋਂ ਉਹ ਸਾਰੇ ਤੱਥ ਅੰਕੜੇ ਪੇਸ਼ ਕੀਤੇ ਜਾਂਦੇ ਆ ਉਹ ਖਰੜਾ ਜਿਹੜਾ ਸਾਰੇ ਵਜ਼ੀਰਾਂ ਨੂੰ ਦਿੱਤਾ ਗਿਆ ਸੀ ਲਗਭਗ 40 ਪੇਜਸ ਦਾ ਉਹਦੇ ਉੱਤੇ ਵਿਚਾਰ ਹੋਣੀ ਆ ਮੁੱਖ ਸਕੱਤਰ ਉਹਦੇ ਉੱਤੇ ਆਪਣੀ ਪੇਸ਼ਕਾਰੀ ਦਿੰਦੇ ਆ ਸਾਰੇ ਪੱਖ ਸਮਝਾਉਂਦੇ ਆ ਔਰ ਵਜ਼ੀਰ ਜਿਹੜੇ ਆ ਉਹ ਸਹਿਮਤ ਨਹੀਂ ਹੁੰਦੇ ਬਣਦਾ ਤੇ ਫਿਰ ਮੈਂ ਰਿਪੀਟ ਕਰਨ ਲੱਗਿਆ ਬਣਦਾ ਤੇ ਇਹ ਸੀ ਕਿ ਚੀਫ ਸੈਕਟਰੀ ਲਈ ਉਹਨਾਂ ਨੂੰ ਕਿਹਾ ਜਾਂਦਾ ਕਿ ਅਸੀਂ ਇੱਥੇ ਆਪਣੇ ਤੌਰ ਤੇ ਵੀ ਵਿਚਾਰ ਕਰਨਾ ਚਾਹੁੰਦੇ ਹਾਂ ਲੇਕਿਨ ਮੀਟਿੰਗ ਛੱਡ ਕੇ ਚਲੇ ਜਾਣਾ ਇਹ ਬੜਾ ਵੱਡਾ ਸਵਾਲ ਹੈ ਸਰਦਾਰ ਸਾਹਿਬ ਮੇਰੇ ਖਿਆਲ ਤੁਸੀਂ ਇੱਥੇ ਮੇਰੇ ਨਾਲੋਂ ਜ਼ਿਆਦਾ ਗੱਲ ਸਟੀਕ ਰੱਖ ਸਕਦੇ ਹੋ ਪਹਿਲੀ ਗੱਲ ਤੇ ਰੰਧਾਵਾ ਸਾਹਿਬ ਇਹ ਆ ਕਿ ਜਦੋਂ ਇਹ ਆਬਕਾਰੀ ਵੀ ਹੀ ਇਕੱਲੀ ਜਿਹੜਾ ਉਹਦੇ ਬਾਰੇ ਮੀਟਿੰਗ ਹੋ ਰਹੀ ਹੈ ਜੀ ਸਵਾਲ ਤੇ ਇਹ ਬਣਦਾ ਕਿ ਇਸ ਦੇ ਜਦੋਂ ਕੋਰੋਨਾ ਦੇ ਕਾਰਨ ਪੰਜਾਬ ਦਾ ਕੰਦਾ ਆਬਕਾਰੀ ਹੀ ਮੁੱਦਾ ਰਹਿ ਗਿਆ ਕੋਈ ਜੀ ਹੋਰ ਕੋਈ ਪੰਜਾਬ ਦੀ ਆਰਥਿਕਤਾ ਸਿਰਫ ਆਬਕਾਰੀ ਦੇ ਉੱਤੇ ਰਹਿ ਗਈ ਹੈ ਕੀ ਜਿਹੜੇ ਮਜ਼ਦੂਰ ਇਸ ਵੇਲੇ ਜਿਹੜਾ ਤੁਸੀਂ ਖਰਚੇ ਚੱਲ ਰਹੇ ਹੋ ਕੋਈ ਮਜ਼ਦੂਰ ਪਹਿਲਾਂ ਪ੍ਰਵਾਸੀ ਬਾਹਰੋਂ ਆ ਰਹੇ ਨੇ ਪੰਜਾਬ 'ਚ ਲਿਆਂਦੇ ਜਾ ਰਹੇ ਨੇ ਫਿਰ ਪੰਜਾਬ ਤੋਂ ਵਾਪਸ ਭੇਜੇ ਜਾ ਰਹੇ ਨੇ ਦੂਜੇ ਰਾਜਾਂ 'ਚ ਤੁਹਾਡੀਆਂ ਫੈਕਟਰੀਆਂ ਬੰਦ ਨੇ ਤੁਹਾਡੇ ਕਾਰਖਾਨੇ ਬੰਦ ਨੇ ਤੁਹਾਡੀਆਂ ਦੁਕਾਨਾਂ ਬੰਦ ਨੇ ਔਰ ਤੁਸੀਂ ਸਿਰਫ ਇੱਕ ਮੁੱਦੇ ਦੇ ਉੱਤੇ ਗੱਲ ਕਰ ਰਹੇ ਹੋ ਔਰ ਉਹ ਮੁੱਦਾ ਹੈਗਾ ਕਿ ਆਬਕਾਰੀ ਨੀਤੀ ਦੀ ਸਮੀਖਿਆ ਤੇ ਜਦੋਂ ਤੁਸੀਂ ਇਹ ਸਵਾਲ ਉਠਾ ਰਹੇ ਹੋ ਕਿ ਪਿਛਲੇ  3 ਸਾਲ ਤੋਂ ਆਬਕਾਰੀ ਦੀ ਕਮਾਈ ਦੇ ਟੀਚੇ ਪੂਰੇ ਨਹੀਂ ਹੋ ਰਹੇ ਤੇ ਮਾਫ਼ ਕਰਨਾ ਆਖਿਰ ਪਿਛਲੇ 3 ਸਾਲ ਤੋਂ ਸਰਕਾਰ ਕਿਹਦੀ ਆ ਮੰਤਰੀ ਕੌਣ ਨੇ ਕੀ ਤੁਹਾਨੂੰ ਉਦੋਂ ਯਾਦ ਨਹੀਂ ਆਇਆ ਪਹਿਲੇ ਸਾਲ ਹੀ ਪਤਾ ਲੱਗ ਜਾਣਾ ਚਾਹੀਦਾ ਸੀ ਜਦੋਂ ਵਿੱਤ ਮੰਤਰੀ ਜਿਹੜੇ ਮੰਤਰੀ ਸੀ ਬਾਦਲ ਨੇ ਜਿੱਦਣ ਉਹ ਵਿੱਤ ਮੰਤਰੀ ਬਣਦੇ ਨੇ ਉਸੇ ਦੇ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਬਜਟ ਜਿਹੜਾ ਸਾਡਾ ਖਜ਼ਾਨਾ ਖਾਲੀ ਆ ਤੇ ਫਿਰ ਭਾਈ ਇਹ ਸਮੀਖਿਆ ਜਿਹੜੀ ਸੀ ਉਸ ਵੇਲੇ ਹੋ ਜਾਣੀ ਚਾਹੀਦੀ ਸੀ ਸਰਦਾਰ ਸਾਹਿਬ ਇੱਕ ਹੋਰ ਸਵਾਲ ਹੈ ਕਹਿ ਰਹੇ ਹੋ ਕਿ 15,000 ਕਰੋੜ ਦਾ ਸੈਂਟਰ ਨੇ ਪੈਕੇਜ ਨਹੀਂ ਦਿੱਤਾ ਹਜੇ ਤੱਕ ਸਾਨੂੰ ਭੇਜਿਆ ਨਹੀਂ ਹੈ ਤੇ ਫਿਰ ਉਹ ਵੀ ਅਹਿਮੀਅਤ ਰੱਖਤਾ ਜਦੋਂ 31,000 ਕਰੋੜ ਦੀ ਗੱਲ ਕਰਦੇ ਹੋ ਉਹ ਵੀ ਮੁੱਦਾ ਆਇਆ ਸੀ ਹੁਣ ਜਦੋਂ ਤੁਸੀਂ ਰੱਖ ਲਈ ਮੀਟਿੰਗ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ 40 ਪੇਜ ਦਾ ਖਰੜਾ ਆ ਗਿਆ ਤੇ ਮਾਫ਼ ਕਰਨਾ 40 ਪੇਜ ਦੇ ਖਰੜੇ ਉੱਤੇ ਵਿਚਾਰ ਕੀਤੀ ਜਾ ਸਕਦੀ ਸੀ ਤੁਹਾਨੂੰ ਨਹੀਂ ਪਸੰਦ ਆਈ ਤੁਸੀਂ ਦੁਬਾਰਾ ਮੀਟਿੰਗ ਕਰ ਲਓ ਹੁਣ ਵੀ ਤਾਂ ਤੁਸੀਂ ਅੱਜ ਮੀਟਿੰਗ ਕਰ ਰਹੇ ਹੋ ਨਾ ਸੋਮਵਾਰ ਮੈਂ ਸਰਦਾਰ ਸਾਹਿਬ ਫਿਰ ਇੱਕ ਹੋਰ ਗੱਲ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਕਿ ਇਹ ਵੀ ਨਜ਼ਰਸਾਨੀ ਕਰਨ ਦੀ ਲੋੜ ਹੈ ਮੁੱਖ ਮੰਤਰੀ ਔਰ ਵਜ਼ੀਰਾਂ ਨੂੰ ਸਾਰੇ ਸਮੂਹਿਕ ਜ਼ਰੂਰਤ ਆ ਪੰਜਾਬੀਆਂ ਨੂੰ ਇਹ ਮੰਗ ਰੱਖਣੀ ਚਾਹੀਦੀ ਹੈ ਕਿ ਪਹਿਲਾਂ ਇਹ ਪਤਾ ਕਰੋ ਕਿ ਇਸ ਆਬਕਾਰੀ ਸਿਸਟਮ 'ਚ ਇਸ ਜਿਹੜਾ ਲਿਕਰ ਦਾ ਜਿਹੜਾ ਵਪਾਰ ਹੈ ਇਹਦੇ ਵਿੱਚ ਸ਼ਾਮਲ ਕੌਣ ਕੌਣ ਆ ਕਿੰਨੇ ਵਜ਼ੀਰ ਕਿੰਨੇ MLA ਕਿੰਨੇ ਅਫਸਰ ਕੌਣ ਕੌਣ ਸ਼ਾਮਲ ਹਾਂ ਦੇਖੋ ਜਦੋਂ ਤੁਸੀਂ ਪੰਜਾਬ 'ਚ ਮਾਫੀਆ ਰਾਜ ਦੀ ਗੱਲ ਕਰਦੇ ਹੋ ਤੇ ਇਹ ਵੀ ਤੁਹਾਨੂੰ ਵਿਚਾਰਨਾ ਬਣਦਾ ਕਿ ਕੀ ਕਿਤੇ ਇਹ ਜਿਹੜਾ ਸ਼ਰਾਬ ਦਾ ਕਾਰੋਬਾਰ ਆ ਇਹ ਵੀ ਤੇ ਕਿਤੇ ਮਾਫੀਆ ਦਾ ਪਰਿਵਾਰਵਾਦ ਤੱਕ ਸੀਮਤ ਹੈਗਾ ਕਿ ਕੱਲ੍ਹ ਤੱਕ ਕੱਲ੍ਹ ਵੀ ਅਸੀਂ ਤੇ ਕੱਲ੍ਹ ਤੱਕ ਠੇਕੇ ਸਾਰੇ ਉਹਨਾਂ ਕੋਲ ਸਨ ਅੱਜ ਕਾਂਗਰਸੀ ਤੇ ਇਹਨਾਂ ਕੋਲ ਨਹੀਂ ਹੈਗੇ ਇਹ ਕਿਉਂ ਕਿਉਂਕਿ ਜੋ ਕੁਛ ਸਾਡੇ ਕੋਲ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਠੇਕੇਦਾਰ ਜਿਹੜੇ ਸ਼ਰਾਬ ਦੇ ਪੰਜਾਬ 'ਚ ਉਹ ਕਹਿੰਦੇ ਅਸੀਂ ਦੁਕਾਨਾਂ ਨਹੀਂ ਖੋਲਣੀਆਂ ਤੁਸੀਂ ਸਾਨੂੰ 7 ਘੰਟੇ ਕਹਿ ਰਹੇ ਹੋ ਅਸੀਂ 14 ਘੰਟੇ ਦਾ ਟੈਕਸ ਕਿਉਂ ਦਈਏ ਹੁਣ ਜਦੋਂ ਇਹ ਸਾਰਾ ਕੁਛ ਤੁਹਾਡੇ ਸਾਹਮਣੇ ਆ ਚੁੱਕਾ ਆ ਤੇ ਫਿਰ ਮਾਫ਼ ਕਰਨਾ ਤੁਸੀਂ ਇਸ ਹੁਕਮ ਨੂੰ ਕਰਨ ਤੋਂ ਪਹਿਲਾਂ ਕਿ ਅਸੀਂ ਠੇਕੇ ਖੋਲਣ ਦਾ ਐਲਾਨ ਕਰਨ ਤੋਂ ਪਹਿਲਾਂ ਬੈਠ ਕੇ ਵਿਚਾਰ ਕਰ ਲੈਂਦੇ ਅੱਛਾ ਸਰਦਾਰ ਹੁਣ ਅਸੀਂ ਜੀ ਜੀ ਸਰਦਾਰ ਸਾਹਿਬ ਹੋਰ ਵੀ ਪਹਿਲੂ ਆ ਨਾ
कि मन लो कि इन जिहड़े ठेकियां नाल संबंधित मसले आ इहदे विच ही सियासतदानां दी इन्नी दिलचस्पी क्यों, माइनिंग दा मसला आउंदा उहदे विच ही इन्नी दिलचस्पी क्यों, ये सारे मसले ऐसे आ जिहदे विच बहुत वड्डा पैसा इनवॉल्व आ। लोग शक दी नज़र नाल देखणगे कि आखिर स्टेट दे किन्ने सारे मसले जिन्हां वल कोई तवज्जो ही नहीं दिंदा, एजुकेशन वल, सेहत वल, होर कई पासे कोई ध्यान ही नहीं दे रहे। ये जो ए मसले आउंदे आ उदों विवाद भी खड़े होंदे आ, फिर मुख्यमंत्री दूजिआं नूं मनाउण चल पैंदे आ, मंत्री जिहड़े आ उह वी रुस जांदे आ, MLA रुस जांदे आ। सवाल तो यह आ कि इस पंजाब का फिर है कौन, कौन ये वाल पिट कढ़ के खलोता है, किस बंदे ने ये नाल खलोना है। इस वेले सब तो वड्डा संकट इस भरोसेयोगता का कि किहदे ते यकीन करिए किहदे ते ना करिए, की पता कल नूं ये लड़ाई फिर नितर के कित्थे होनी आ कि आखिर किहदे हित मारे जा रहे सी, किन्ने क लोगों के हित पाले जा रहे सी, किहदे कारण ये रौला पिया। सवाल तो यह वड्डा है कि जे सारा कुछ तुसीं मीटिंग के दौरान कर रहे सी ते फिर तुसी ए दस देंदे कि रौला किस चीज दा, केड़ी केड़ी मदद है, तुसी प्रेस नूं दे देंदे, तुसी बाहर आए चुप करके चले गए, बाद च मुख्यमंत्री साहब दा फोन आ गया होगा। बाबा साहब इहदे च इक गल होर भी मैं ऐड करनी चाहांगा, इह सुनन विच आ रिहा हुण इह पूरी तरह तस्दीक नहीं हो रहा, कह रहे ने कि जिहड़े ठेकियां दी अज तक वंड होई है शराब दे ठेकियां दी, उहदे च 70% ठेके ते जिहड़े ने उह पुराने लोकां नूं दे दित्ते गए ने जी, ठीक है जी, जिहड़े 30% आ उहनां दी अजे अलॉटमेंट नहीं हुई। हुण जदों अलॉटमेंट भी हुई जां जिहड़े 70% तुसीं दे भी दित्ते ने, जिहड़ा 1.5 महीना अजे लॉकडाउन दा आ, उस लॉकडाउन दा टैक्स कौण अदा करे जी, ठीक है जी। और दूसरी गल, जे पहलियां नूं दे दित्ते गए ने ते मीटिंग दे विच इह वी गल उत्थे उठदी आ कि आखिर शराब दीआं मिलां जिहड़ीआं ने, जिहड़ीआं शराब दीआं फैक्ट्रियां ने, उह किसी दी सुनवाई नहीं करदीआं, लेकिन जिम्मेवार कौन है फिर? आखिरकार तुसी नीति घाड़े हो, देखो अफसरशाही ने दस्तावेज अंकड़े तुहाडे सामने रखे ने, तुसी लोकां दे नुमाइंदे हो, तुसी लोकां दी आवाज जिहड़ी आ रखदे हो, और जे 3 साल तुसी पूरा तालमेल बिठा के आपस च तुरे हो, लोकां दा विश्वास जित रहे हो कि हाँ असीं कर रहे हैं, लोग बेचारे आस ला के बैठे ने कि हुण सुख दा साह आएगा, सुख दा साह आएगा, लेकिन जो सारी दुनिया कोरोना की मारी हुई है, डिसिपलिन तुम थोप रहे हो कि सेहत वाला आ करो, एजुकेशन स्कूल बंद कर दो, अरारे बंद कर दो, लोग सड़क घर बंद हो गया, लेकिन तुम अपनी एक लड़ाई भी बंद कर सके नहीं, 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 लोगों ने सरदार साहब ये लड़न जम जम लड़न इन्हों का हक है, ये जो करना कर, पर लोगों नूं क्योंकि पबलिक दी पबलिक डोमेन च सारा कुछ, ये पब्लिक दे सेवादार एक तरह नाल सियासत विच सेवा करके कहिंदे असीं आउने, फिर इन्हां दी ड्यूटी बनदी है कि जो भी होया उहदे बारे पर्दा चक्कण, दसण के होया की, परदादारी क्यों। दूजी गल ये आ कि जेकर मन लो चीफ सैकटरी नाल झमेला सी, ठीक है, ये चीफ सैकटरी नाल जिहड़ा झमेला सीगा ये तुसीं जनतक कर सकदे सी, चीफ सैकटरी कल्ले तो नहीं होणगे, कोई अफसर कल्ले तो नहीं होणगे, मंत्री कल्ले तो नहीं होणगे, ये बड़ा एक नैटवर्क है, ये बहुत सारा क्योंकि पूरे पंजाब का मसला सीगा, हर थां नाल संबंधित सीगा, आखिर कित्थे कित्थे किहदे हित प्रभावित हो रहे सी ते किहदे हित जिहड़े आ उहना नुकसाने जा रहे सी, ये देखण दी गल सी, किहदे हित पाले जा रहे सी, ये सारे वड्डे सवाल आ। पहली बारी पंजाब दे मंत्री किसी मुद्दे दे उत्ते इकट्ठे दिसे आ, लेकिन देखना होगा कि अजे तक तो धुख नहीं दस धुख नहीं निकली भी की होया, मीटिंग जिहड़ी अज मंडे वाले दिन होनी आ इहदे विच की मुख्यमंत्री साहब परसनली इहदे च शामिल होणगे जां वीडियो कॉन्फ्रेंस राहीं शामिल होणगे, हुण उहनां दी मौजूदगी जरूरी होवेगी, लेकिन असीं इह जरूर कहांगे कि जे हुण बैठे हो, जे तुहाडे मन दे जिहड़े ने अंदर बैठ के इन्हों हल कर लियो, तो या फिर दस दो लोगों ने भी पता लगे कि आखिर 3 साल से नीति जी आबकारी विभाग का सत्ता क्यों जाता रहा, जो हूँ शंका प्रगटाई जा रही है कि 2000 करोड़ का आबकारी नीति कारण ही घाटा होगा, फिर आप करना रंधावा साहब 6000 करोड़ का घाटा अभी जो झल चुकया सूबे में पै चुकया आ, तो फिर तुम 3 सालों की जिम्मेवारी जी भी ला दो, जिम्मेवारी सी है, बिल्कुल ठीक है बहुत सही, अफसरशाही के खिलाफ आए हो
कि आओ खुल के आओ अफसरशाही दसे कि वह क्यों उन्होंने की मजबूरी रही उन्होंने नहीं दोवें धिर यह स्पष्ट कर के कौन कि हित पालदा रहा पॉलिटिशियन और अफसरशाही ये दसे कि इस सारी लड़ाई दे विच पंजाब कित्थे सी जदों असी कट्ठे सीगे ते साडा कुछ बाहर नहीं सी आउंदा ते लेकिन हुण जेकर कोई गल तुरी आ ते गल सिट्टे ते पहुंचनी चाहीदी आ पंजाब दे लोकां नूं ये पता लगना चाहीदा कि साडे स्टेट दे हित किन्ने कु सुरक्षित ने मुख्यमंत्री साहब नूं भी इहदे च दखल देना चाहीदा और दसना चाहीदा कि इस लड़ाई की मूल वजह कि बहुत मेहरबानी सरदार साहब बहुत धन्यवाद।